ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਬਲਕਾਰ ਸਿੰਘ ਢਾਣੀ ਪ੍ਰਤਾਪ ਸਿੰਘ। ਐਮਐਲ ਸਾਹਿਬ, ਇੱਕ ਤੁਹਾਡੇ ਅੱਗੇ ਬੇਨਤੀ ਹੈ, ਜੋ ਕਿ ਮੇਰੇ ਤਾਈ ਜੀ ਦੀ ਅੱਜ ਡੈਥ ਹੋ ਚੁੱਕੀ ਹੈ, ਉਹਦਾ ਅੱਜ ਸੰਸਕਾਰ ਕੀਤਾ ਹੈ। ਕਿਉਂਕਿ ਸੰਸਕਾਰ ਕਿਵੇਂ ਕੀਤਾ ਹੈ, ਸਿਰਫ ਆਪ ਦੀ ਜ਼ਮੀਨ ਵਾਹ ਕੇ ਉਹਦੇ ਵਿੱਚ ਥਾਂ ਸਾਫ਼ ਸੁਥਰੀ ਕਰਕੇ ਉਹਦੇ ਸੰਸਕਾਰ ਕੀਤਾ ਹੈ। ਜੇ ਅਗਰ ਸਾਡੇ ਕੋਲ ਅੱਜ ਢਾਣੀ ਪ੍ਰਤਾਪ ਸਿੰਘ ਅਗਰ ਸ਼ਮਸ਼ਾਨ ਘਾਟ ਹੁੰਦਾ ਤਾਂ ਸਾਨੂੰ ਇੰਨਾ ਤੱਕ ਨੌਬਤ ਨਹੀਂ ਆਉਂਦੀ ਸੀ, ਕਿਉਂਕਿ ਅਸੀਂ ਬੜਿਆਂ ਥਾਈਂ ਗਏ ਹਾਂ, ਸਾਨੂੰ ਕਿਸੇ ਸ਼ਮਸ਼ਾਨ ਘਾਟ ਦੀ ਥਾਂ ਨਹੀਂ ਦਿੱਤੀ। ਕਿਉਂਕਿ ਸਾਡੇ ਢਾਣੀ ਪ੍ਰਤਾਪ ਸਿੰਘ ਵਾਕਿਆ ਮਾਤਮ ਨਗਰ ਵਿੱਚ 8.5 ਕਿੱਲੇ ਅਤੇ ਕੁਝ ਮਰਲੇ ਪਈ ਹੈ ਪੰਚਾਇਤੀ ਥਾਂ, ਕਿਉਂਕਿ ਸਾਨੂੰ ਸਾਰੀ ਨਹੀਂ ਚਾਹੀਦੀ, ਸਾਨੂੰ ਸਿਰਫ ਸ਼ਮਸ਼ਾਨ ਘਾਟ ਵਾਸਤੇ ਦੇ ਦਿਓ, 2 ਕਨਾਲਾ ਦੇ ਦਿਓ, ਸਹਿਮਤੀ ਨਾਲ 4 ਕਨਾਲਾ ਦੇ ਦਿਓ, ਤੁਹਾਡਾ ਬੜੀ ਧੰਨਵਾਦ। ਅਗਰ ਕਿਸੇ ਕੋਲ ਜ਼ਮੀਨ ਨਹੀਂ ਹੁੰਦੀ, ਉਹ ਵੇਖੋ ਹੁਣ ਸੰਸਕਾਰ ਕਿੱਥੇ ਕਰਨਗੇ, ਕਿੰਨੇ ਪਿੰਡਾਂ ਵਿੱਚ ਲੈ ਕੇ ਜਾਣਗੇ, ਕਿੱਥੇ ਜਾਣਗੇ, ਭੈਣਾਂ ਭਰਾ ਰਿਸ਼ਤੇਦਾਰ ਕਿੱਥੋਂ ਕਿੱਥੋਂ ਆਉਂਦੇ ਆ। ਇਹਦੇ 'ਚ ਸਭ ਤੋਂ ਜ਼ਿਆਦਾ ਬਦਨਾਮੀ ਪਹਿਲੀ ਗੱਲ ਤਾਂ ਪੰਚਾਇਤ ਦੀ ਏ, ਔਰ ਦੂਸਰਾ ਨੰਬਰ ਜੋ ਵੀ ਆਪਣੇ ਹਲਕੇ ਦੇ ਐਮਐਲ ਸਾਹਿਬ ਹੈਗੇ ਆ, ਕਿਉਂ ਬਦਨਾਮੀ ਤਾਂ ਹੋਊਗੀ, ਕਿਉਂ ਹੋਊਗੀ, ਅਗਲੇ ਹਰ ਕੋਈ ਜਿਹੜੇ ਭੈਣਾਂ ਭਰਾ ਪੁੱਛਦੇ ਨੂੰ ਤੁਹਾਡੇ ਇੱਥੇ ਸਰਪੰਚ ਕੌਣ ਹੈ, ਸਰਪੰਚ ਵੀ ਦੱਸਣਾ ਪੈਂਦਾ ਹੈ, ਔਰ ਐਮਐਲ ਸਾਹਿਬ ਦਾ ਵੀ ਨਾਂ ਲੈਣਾ ਪੈਂਦਾ, ਜੋ ਕਿ ਸਾਡੇ ਨਰਿੰਦਰਪਾਲ ਸਮਣਾ ਸਾਹਿਬ ਹੈਗੇ ਆ। ਤੁਹਾਡੇ ਅੱਗੇ ਬੇਨਤੀ ਹੈ ਕਿ ਸਾਨੂੰ ਸ਼ਮਸ਼ਾਨ ਘਾਟ ਦੀ ਜਲਦੀ ਤੋਂ ਜਲਦੀ ਥਾਂ ਦਿੱਤੀ ਜਾਵੇ ਔਰ ਚਾਰ ਦੁਆਰੀ ਕੀਤੀ ਜਾਵੇ, ਕਿਉਂਕਿ ਉਹ ਤਾਂ ਸੰਸਕਾਰ ਕਰ ਸਕਦੇ ਹਨ ਜਿਨ੍ਹਾਂ ਦੀ ਥਾਂ ਹੈਗੀ ਹੈ, ਅਗਰ ਜਿਨ੍ਹਾਂ ਦੀ ਥਾਂ ਨਹੀਂ ਹੈਗੀ ਉਹ ਕਿੱਥੇ ਲੈ ਕੇ ਜਾਣ। ਤੁਹਾਨੂੰ ਅਸੀਂ ਐਪਲੀਕੇਸ਼ਨ ਵੀ ਫਾਜ਼ਿਲਕਾ ਨਵੇਂ ਸਲੇਮੇ 'ਚ ਉੱਥੇ ਜਦੋਂ ਆਪਣੀ ਮੀਟਿੰਗ ਸੀ ਤੁਹਾਨੂੰ ਐਪਲੀਕੇਸ਼ਨ ਉੱਥੇ ਵੀ ਦਿੱਤੀ ਸੀ, ਕਿਉਂਕਿ ਜਿਹੜੀ ਉਹ ਤੁਹਾਨੂੰ ਐਪਲੀਕੇਸ਼ਨ ਦਿੱਤੀ ਸੀ ਉਹ ਬਕਾਇਦਾ ਵਿੱਚ ਮੰਗਾਂ ਸੀ। ਮੰਗਾਂ ਕੀ ਸੀ? ਸਿਰਫ ਜਾਇਜ਼ ਸੀ, ਕੋਈ ਅਸੀਂ ਆਪਦੇ ਘਰ ਵਾਸਤੇ ਨਹੀਂ ਲੈ ਰਹੇ, ਸਿਰਫ ਜੋ ਵੀ ਸਾਡੀ ਢਾਣੀ ਪ੍ਰਤਾਪ ਸਿੰਘ ਜਾਇਜ਼ ਮੰਗਾਂ ਮੰਗੀਆਂ ਨੂੰ ਕੋਈ ਅਸੀਂ ਘਰੇ ਨਹੀਂ ਲੈ ਕੇ ਜਾ ਰਹੇ, ਸਿਰਫ ਸਾਨੂੰ ਜਿੰਨਾ ਜਲਦੀ ਹੋ ਸਕੇ ਸ਼ਮਸ਼ਾਨਗੜ੍ਹ ਦੀ ਥਾਂ ਦਿੱਤੀ ਜਾਵੇ। ਜੋ ਵੀ ਵੇਖੋ ਅੱਜ ਮੌਸਮ, ਚਲੋ ਅੱਜ ਕੁਝ ਠੀਕ ਹੈਗਾ, ਰਾਤ ਪਰਾਤ ਦਾ ਕੋਈ ਪਤਾ ਨਹੀਂ, ਹਨੇਰ ਝੱਕੜ ਝੋਲੇ ਆ ਵੀ ਸਕਦੇ ਨੂੰ, ਅਗਰ ਕੋਈ ਕਿਸੇ ਤਰ੍ਹਾਂ ਚੰਗਿਆੜੀ ਜਾ ਕੇ ਕਣਕ ਦਾ ਨੁਕਸਾਨ ਹੋ ਸਕਦਾ ਹੈ, ਇਹਦਾ ਜ਼ਿੰਮੇਵਾਰ ਕੌਣ ਹੈ? ਅਗਰ ਜਿਨ੍ਹਾਂ ਦੀ ਡੈਥ ਹੋਈ ਹੈ ਉਹ ਮੇਰੇ ਭਰਾ ਸ਼ੰਭੂ ਸਿੰਘ ਸਨ, ਉਹ ਬਲਵੀਰ ਸਿੰਘ, ਢਾਣੀ ਪ੍ਰਤਾਪ ਸਿੰਘ, ਉਹ ਗਰੀਬ ਘਰ ਹੈ। ਅਗਰ ਵੇਖੋ ਇੱਥੇ ਅਗਰ ਆਪਾਂ ਸਾਰੇ ਢਾਣੀਆਂ ਵਾਲੇ ਦੇ ਸਾਰੀ ਜਾਇਦਾਦ ਵੀ ਇਕੱਠੀ ਕਰ ਲਈਏ ਨਾ, ਉਹਦਾ ਆਪਾਂ ਰੋਜ਼ਾਨਾ ਤਾਂ ਵੀ ਨਹੀਂ ਦੇ ਸਕਦੇ। ਕਿਉਂ ਨਹੀਂ ਦੇ ਸਕਦੇ? ਕਿਉਂਕਿ ਰੱਬ ਦਾ ਜਿਵੇਂ ਆ ਕਹਿਰ ਚੱਲਿਆ ਸੀ ਪਿੱਛੇ ਗੜੇ ਮਾਰੀ ਔਰ ਤੂਫਾਨ ਰਾਹੀਂ, ਉਹਦਾ ਅੱਜ ਮੁਆਵਜ਼ਾ ਨਹੀਂ ਲਿਖੀਚਾ, ਅਤੇ ਕਣਕ ਦਾ ਆਪਾਂ ਕਿੱਥੋਂ ਰੋਜ਼ਾਨਾ ਦੇ ਲਵਾਂਗੇ? ਇਹ ਤਾਂ ਸਿਰਫ ਸਾਨੂੰ ਮਜਬੂਰ ਕਾਰਨ ਆਪ ਦੀ ਜ਼ਮੀਨ ਵਿੱਚ ਸੰਸਕਾਰ ਕਰਨਾ ਪਿਆ। ਅਸੀਂ ਇਹੀ ਤੇਰੇ ਅੱਗੇ ਮੰਗ ਕਰਦੇ ਹਾਂ, ਨਰਿੰਦਰਪਾਲ ਐਮਐਲ ਸਾਹਿਬ, ਸਮਣਾ ਸਾਹਿਬ, ਤੇਰੇ ਅੱਗੇ ਬੇਨਤੀ ਕਰਦੇ ਹਾਂ, ਸਾਨੂੰ ਵੱਧ ਚਾੜ ਜਿੰਨਾ ਜਲਦੀ ਹੋ ਸਕੇ ਸਾਨੂੰ ਸ਼ਮਸ਼ਾਨ ਘਾਟ ਦੀ ਥਾਂ ਦਿੱਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਦੀ ਹਾਲਾਤ ਦੇ ਮੁਤਾਬਕ ਐਮਐਲ ਸਾਹਿਬ ਨੂੰ ਸਾਰੇ ਸੀਨੀਅਰ ਆਗੂ ਜਿਹੜੇ ਆਪਣੀ ਆਮ ਆਦਮੀ ਪਾਰਟੀ ਦੇ ਸਰਦਾਰ ਬਲਕਾਰ ਸਿੰਘ ਜੀ, ਇਹਨਾਂ ਨੇ ਇਲੈਕਸ਼ਨ ਦੇ ਦੌਰਾਨ ਵੀ ਸਾਨੂੰ ਬੜਾ ਵਿਸ਼ਵਾਸ ਬਣਾਇਆ ਸੀਗਾ ਕਿ ਹਰ ਇੱਕ ਇਨਸਾਨ ਦੀ ਤੁਹਾਡੀ ਸਰਕਾਰ ਬਣੂਗੀ। ਅੱਜ ਤੱਕ ਜਦੋਂ ਉਹਨੂੰ ਐਮਐਲ ਸਾਹਿਬ ਸੋਹਣੇ ਸਾਹਿਬ ਨੂੰ ਕਾਂਜਬ ਕੀਤਾ ਕਿ ਕਿਸੇ ਢਾਣੀ 'ਤੇ ਜਾਂ ਕਿਸੇ ਦੀ ਕੋਈ ਮਤਲਬ ਵਾਰਦਾਤ ਨਹੀਂ ਲਈ ਗਈ, ਕਿਸੇ ਕਿਸਮ ਦਾ ਕੋਈ ਮਤਲਬ ਜਿਉਂਦਾ ਜਾਂ ਹੈ ਜਾਂ ਨਹੀਂ ਹੈ, ਪਰ ਅਸੀਂ ਰੋਸ ਜਿਤਾਉਂਦੇ ਹਾਂ ਵੀ ਇਹਨੇ ਇੱਕ ਵਾਰ ਵੀ ਨਹੀਂ ਤਾਂ ਢਾਣੀਆਂ 'ਤੇ ਕੋਈ ਸ਼ਮਸ਼ਾਨ ਘਾਟ ਨਹੀਂ, ਕੋਈ
ਜੋ ਕਿ ਹਾਲੇ ਕਿ ਰਕਬਾ ਵੀ ਪਿਆ ਸਰਕਾਰੀ ਪਿੰਡ ਦਾ ਰਕਬਾ ਜੋ ਇੱਥੇ ਪਿਆ ਸੀਗਾ ਉਹਦੇ ਵਿੱਚੋਂ ਇਹਨਾਂ ਨੇ ਇਹ ਵੀ ਮੰਗ ਰੱਖੀ ਸੀ ਵੀ ਦੋ ਕਨਾਲ ਸਾਨੂੰ ਦਿੱਤੀ ਜਾਵੇ ਅਤੇ ਜਿਹਦੇ ਵਿੱਚ ਜਿਹੜਾ ਸ਼ਮਸ਼ਾਨਗੜ੍ਹ ਤਿਆਰ ਕੀਤਾ ਜਾਵੇ ਔਰ ਚਾਰ ਦੁਆਰੀ ਵੀ ਬਣੀ ਜਾ ਸਕਦੀ ਹੈ। ਪਰ ਕੱਲ੍ਹ ਪਰਸੋਂ ਸਰ ਆਪਣੇ ਬਲਕਾਰ ਸਿੰਘ ਬਰਦਾਰ ਨੂੰ ਨਾ ਫੋਨ ਕੀਤਾ, ਐੱਮ ਐੱਲ ਸਾਹਿਬ ਨੇ ਤਿੰਨ ਫੋਨ ਕੀਤੇ, ਅਸੀਂ ਜਾ ਕੇ ਸ਼ਮੂਲੀਅਤ ਕੀਤੀ ਸੀਗੀ ਜੀ ਸਿਨੇਮੇ ਦੇ ਵਿੱਚ, ਉੱਥੇ ਵੀ ਮਿਲੇ ਸੀ ਅਤੇ ਐਪਲੀਕੇਸ਼ਨ ਵੀ ਦਿੱਤੀ ਸੀਗੀ ਜੀ, ਉਹਦਾ ਅੱਜ ਤੱਕ ਤਾਂ ਸਾਨੂੰ ਅਜੇ ਤੱਕ ਤਾਂ ਕੋਈ ਜਵਾਬ ਨਹੀਂ ਆਇਆ ਜੀ। ਪਰ ਜੋ ਅੱਜ ਕੋਈ ਜਿਹੜਾ ਵਾਕਿਆ ਹੋ ਸਕਦਾ ਹਵਾ ਨੇਰੀ ਦੇ ਕਾਰੋ ਜਾਨੀ ਮਾਨੀ ਨੁਕਸਾਨ ਹੁੰਦਾ ਹੈ ਤਾਂ ਐੱਮ ਐੱਲ ਸਾਹਿਬ ਜੀ ਤੁਹਾਡੀ ਜ਼ਿੰਮੇਵਾਰੀ ਬਣੇਗੀ ਜਾਂ ਸਾਡੀ ਆਮ ਜਨਤਾ ਦੀ ਬਣੇਗੀ? ਆਪਦੀ ਵੱਲੋਂ ਤੁਹਾਨੂੰ ਬਹੁਤ ਚੰਗਾ ਸਮਝ ਕੇ ਤੁਹਾਨੂੰ ਪਾਰਲੀਮੈਂਟ 'ਚ ਭੇਜਿਆ, ਦਿਨ ਰਾਤ ਮਿਹਨਤ ਕੀਤੀ, ਸਾਡੇ ਸਰਦਾਰ ਬਲਕਾਰ ਸਿੰਘ ਨੇ ਕੋਈ ਢਾਣੀ ਤੋਂ ਬੰਦਾ ਆਸੇ ਪਾਸੇ ਨਹੀਂ ਜਾਣ ਦਿੱਤਾ, ਜੋ ਵੋਟਾਂ ਤੁਹਾਨੂੰ ਅੱਜ ਵੀ ਰਿਕਾਰਡ ਹੈ ਜੀ ਤੁਹਾਡੇ ਕਹਿਣ ਦੇ ਮੁਤਾਬਕ ਵੀ 10-15 ਵੋਟਾਂ ਫਾਲਤੂ ਹੀ ਨਿਕਲੀਆਂ ਨੇ, ਅੱਜ ਵੀ ਰਿਕਾਰਡ ਹੈ ਤੁਹਾਡੇ ਨਾਲ ਜਿਹੜੀ ਤੁਹਾਡੇ ਨਾਲ ਡਿਬੇਟ ਕੀਤੀ ਸੀ, ਗੱਲਬਾਤ ਕੀਤੀ ਸੀ, ਵੋਟਾਂ ਦੇ ਮੁਤਾਬਕ ਬਿਲਕੁਲ ਖਰਾ ਉਤਰਿਆ ਸੀ। ਪਰ ਤੁਸੀਂ ਅੱਜ ਤੱਕ ਬਲਕਾਰ ਸਿੰਘ ਸਾਡੇ ਪ੍ਰਧਾਨ ਦੀ ਆਮ ਆਦਮੀ ਪਾਰਟੀ ਦੇ ਜਿਹੜੇ ਤੁਸੀਂ ਕਿਸੇ ਕਿਸਮ ਦੀ ਕੋਈ ਅਸਾਰ ਨਹੀਂ ਲਈ, ਤਾਂ ਤੁਹਾਡਾ ਫਰਜ਼ ਬਣਦਾ ਜੀ ਇੱਥੇ ਜਲਦੀ ਤੋਂ ਜਲਦੀ ਇਸ ਚੀਜ਼ ਨੂੰ ਗੌਰ ਕੀਤਾ ਜਾਵੇ ਅਤੇ ਜਿਹੜਾ ਰਕਬਾ ਪਿਆ ਕੋਈ ਜਿਹੜਾ ਵੀ ਪੰਚਾਇਤੀ ਉਹਨੂੰ ਛਡਾਇਆ ਜਾਵੇ ਅਤੇ ਇੱਥੇ ਸ਼ਮਸ਼ਾਨਗੜ੍ਹ ਦਾ ਕੋਈ ਨੀਂਹ ਪੱਥਰ ਰੱਖਿਆ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।